ਹਰਮਨ ਹੈਸੇ ਦੀ ਜਰਮਨ ਕਹਾਣੀ ਹੈ ਵੈਮੀ ਮਾਰਟਨ ਸਿਡ ਨੇ ਆਪਣੇ ਪਿਤਾ ਦੇ ਸਟੱਡੀ ਰੂਮ ਦੇ ਦਰਵਾਜ਼ੇ ਤੇ دستਕ ਦਿੱਤੀ ਤੁਰੰਤ ਇੱਕ ਗਰਜਣਾ ਹੋਈ ਤੇ ਉਹਦੇ ਪਿਤਾ ਦੀ ਆਵਾਜ਼ ਆਈ ਅੰਦਰ ਆ ਜਾ ਆਮ ਤੌਰ ਤੇ ਮਾਰਟਨ ਆਪਣੇ ਪਿਤਾ ਦੇ ਆਰਾਮ ਜਾਂ ਅਧਿਐਨ 'ਚ ਦਖਲ ਨਹੀਂ ਸੀ ਦਿੰਦਾ ਉਹਦਾ ਪਿਤਾ ਕਿਤਾਬੀ ਕੀੜਾ ਸੀ ਤੇ ਉਹਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਸੀ ਕਿ ਕੋਈ ਉਹਨੂੰ ਅਧਿਐਨ ਦੇ ਸਮੇਂ ਪਰੇਸ਼ਾਨ ਕਰੇ ਪ੍ਰੰਤੂ ਅੱਜ ਮਸਲਾ ਹੋਰ ਸੀ ਕਰਨਲ ਟਾਊਨ ਸਿਡ ਨੇ ਨੌਕਰ ਭੇਜ ਕੇ ਉਹਨੂੰ ਬੁਲਾਇਆ ਸੀ ਕਿਉਂਕਿ ਉਸ ਨਾਲ ਕਿਸੇ ਮਹੱਤਵਪੂਰਨ ਮਸਲੇ ਤੇ ਗੱਲਬਾਤ ਕਰਨੀ ਚਾਹੁੰਦਾ ਸੀ ਆ ਮਾਰਟਨ ਕਰਨਲ ਸਿਡ ਨੇ ਗਿਆ ਬੈ ਜਾ ਉਹਨੇ ਇੱਕ ਕੁਰਸੀ ਵੱਲ ਇਸ਼ਾਰਾ ਕੀਤਾ ਮਾਰਟਨ ਚੁੱਪਚਾਪ ਕੁਰਸੀ ਤੇ ਬਹਿ ਕੇ ਜੱਗਿਆ ਸੁ ਦ੍ਰਿਸ਼ਟੀ ਨਾਲ ਆਪਣੇ ਪਿਤਾ ਵੱਲ ਦੇਖਣ ਲੱਗਾ ਉਹਦੇ ਚਿਹਰੇ ਤੋਂ ਜ਼ਾਹਰ ਹੁੰਦਾ ਸੀ ਕਿ ਉਹ ਇਸ ਤਰ੍ਹਾਂ ਸੱਦੇ ਜਾਣ ਤੇ ਪਰੇਸ਼ਾਨ ਹੈ ਦੱਸੋ ਡੈਡੀ ਅੰਤ ਮਾਰਟਨ ਨੇ ਕਿਹਾ ਮਾਰਟਨ ਸੋਚ ਰਿਹਾ ਸੀ ਕਿ ਕੋਈ ਖਾਸ ਗੱਲ ਜ਼ਰੂਰ ਹੈ ਤਹੀਂ ਪਿਤਾ ਨੇ ਉਹਨੂੰ ਬੁਲਾਇਆ ਹੈ ਉਹ ਅਜੇ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚ ਸਕਿਆ ਕਿ ਕਰਨਲ ਦੀ ਆਵਾਜ਼ ਉਹਦੇ ਕੰਨਾਂ ਨਾਲ ਟਕਰਾਈ ਮੈਂ ਤੇਰੇ ਨਾਲ ਇੱਕ ਮਹੱਤਵਪੂਰਨ ਮਸਲੇ ਤੇ ਗੱਲ ਕਰਨੀ ਚਾਹਾਂ ਮਾਰਟਨ ਦੀ ਖੱਬੀ ਅੱਖ ਦੀ پلਕ ਜੱਗਿਆ ਸੁ ਅੰਦਾਜ਼ 'ਚ ਕਮਾਂਡ ਦਾ ਰੂਪ ਧਾਰਨ ਕਰ ਗਈ ਉਹ ਦਿਲੇ-ਦਿਲ 'ਚ ਸੋਚ ਰਿਹਾ ਸੀ ਕਿ ਪਿਛਲੇ ਦਿਨੀ ਉਸ ਕੋਲ ਅਜੇ ਹੀ ਕਿਹੜੀ ਗਲਤੀ ਹੋਈ ਹੈ ਜਿਹੜੀ ਹੁਣ ਇਸ ਵੇਲੇ ਸਾਹਮਣੇ ਆਉਣ ਵਾਲੀ ਹੈ ਤੁਹੇ ਨਹੀਂ ਦਿਨੀ ਸਨੇਡਰਾ ਮੇਕ ਸਟੇਟ ਨੂੰ ਮਿਲਦਾ ਰਿਹਾ ਕਰਨਲ ਦੀ ਆਵਾਜ਼ ਅਧਿਕਾਰਪੂਰਨ ਸੀ ਜੀ ਹਾਂ ਉਹ ਅਸਲ ਚ ਮਾਟੇ ਨੇ ਮੰਨਿਆ ਪਰ ਉਹ ਤਾਂ ਠੀਕ ਠਾਕ ਕੁੜੀ ਠੀਕ ਠਾਕ ਤੋਂ ਤੇਰਾ ਕੀ ਮਤਲਬ ਹੈ ਕਰਨਲ ਨੇ ਪੁੱਛਿਆ ਮੇਰਾ ਮਤਲਬ ਹੈ ਉਹ ਚੰਗੀ ਕੁੜੀ ਹੈ ਉਹ ਮਾਡਲਿੰਗ ਨਹੀਂ ਕਰਦੀ ਸ਼ੋ ਗਰਲ ਨਹੀਂ ਹੈ ਇਸ ਤੋਂ ਬਿਨਾ ਇਸ ਤਰ੍ਹਾਂ ਦੀ ਕੋਈ ਹੋਰ ਖਰਾਬੀ ਵੀ ਉਸ ਚ ਨਹੀਂ ਹੈ ਸ਼ਟ ਅਪ ਕਰਨਲ ਗਰਜਿਆ ਇਹ ਸਭ ਮੈਨੂੰ ਵੀ ਪਤਾ ਹੈ ਕਿ ਉਹ ਇਹੋ ਜਿਹੀ ਕੁੜੀ ਨਹੀਂ ਹੈ ਕਿ ਮੈਂ ਉਹਨੂੰ ਜਾਂ ਉਹਦੀ ਮਾਂ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਜੋ ਕੁਝ ਮੈਂ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਤੂੰ ਕੁਝ ਚਿਰ ਤੋਂ ਉਸ ਕੁੜੀ ਨਾਲ ਬਹੁਤ ਜ਼ਿਆਦਾ ਦਿਖਾਈ ਦੇ ਰਿਹਾ ਹੈ ਜੀ ਹਾਂ ਮਾਟਰ ਨੇ ਕਿਹਾ ਮੈਂ ਉਹਦੇ ਬਹੁਤ ਨੇੜੇ ਰਿਹਾ ਪਰ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਮੇਰੇ ਨੇੜੇ ਤੇੜੇ ਮੌਜੂਦ ਹਨ ਡੈਡੀ ਮੈਨੂੰ ਹੋਰ ਕੁੜੀਆਂ 'ਚ ਕੋਈ ਦਿਲਚਸਪੀ ਨਹੀਂ ਹੈ ਕਰਨਲ ਦੀ ਆਵਾਜ਼ ਜ਼ਿਆਦਾ ਸਖਤ ਹੋ ਗਈ ਮੈਂ ਸਿਰਫ ਇਹ ਜਾਨਣਾ ਚਾਹੁੰਦਾ ਕਿ ਕੀ ਤੂੰ ਸਨੇਡਰਾ ਨਾਲ ਪਿਆਰ ਕਰਦਾ ਮੈਂ ਇਸ ਰਿਸ਼ਤੇ 'ਚ ਕੁਝ ਨਹੀਂ ਕਹਿ ਸਕਦਾ ਮਾਟਰ ਨੇ ਸਿਰ ਝੁਕਾ ਕੇ ਕਿਹਾ ਕਿ ਉਹ ਤੈਨੂੰ ਪਿਆਰ ਕਰਦੀ ਹੈ ਕਰਨਲ ਨੇ ਪਤਾ ਲਾਉਣਾ ਚਾਹਿਆ ਉਹਨੇ ਅਜੇ ਤੱਕ ਤਾਂ ਕੋਈ ਇਹੋ ਜੀ ਗੱਲ ਨਹੀਂ ਕਹੀ ਇਹਨਾਂ ਸਾਰੀਆਂ ਗੱਲਾਂ ਨੂੰ ਦਿਮਾਗ 'ਚ ਕੱਢਦੇ ਕਰਨਲ ਦਾ ਮੂਡ ਖਰਾਬੀ ਦੀ ਸਿਖਰ ਤੱਕ ਪਹੁੰਚ ਗਿਆ ਕਿ ਤੁਹਾਡੀ ਦੋਵਾਂ 'ਚ ਚੁੰਮਾ ਚੱਟੀ ਹੁੰਦੀ ਰਹੀ ਹੈ ਜਾਂ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਆਖਰ ਇਹਨਾਂ ਗੱਲਾਂ ਤੋਂ ਤੁਹਾਡਾ ਕੀ ਮਤਲਬ ਹੈ ਕਿ ਤੁਸੀਂ ਸਨੇਡਰਾ ਨਾਲ ਮੇਰਾ ਵਿਆਹ ਕਰਨਾ ਚਾਹੁੰਦੇ ਹੋ ਮੈਂ ਜਾਣਦਾ ਹਾਂ ਉਹ ਇੱਕ ਚੰਗੀ ਕੁੜੀ ਹੈ ਉਹ ਸਾਫ਼ ਸੁਥਰੀ ਸਮਝਦਾਰ ਕੁੜੀ ਹੈ ਇਹ ਤੋਂ ਬਿਨਾਂ ਉਹ ਇੱਕ ਉੱਚੇ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤੇ ਮੈਂ ਤੇਰੇ ਨਾਲ ਵਿਆਹ ਲਈ ਯਤਨ ਕਰ ਰਿਹਾ। ਉਹ ਇਹਦੇ ਉਲਟ ਮੈਂ ਇਹ ਸਲਾਹ ਦੇਣਾ ਚਾਹਨਾ ਕਿ ਸਨੇਡਰਾ ਨਾਲ ਵਿਆਹ ਕਰਨਾ ਮੂਰਖਤਾ ਹੈ, ਪਾਗਲਪਨ ਹੈ। ਓਕੇ ਡੈਡੀ। ਮਾਰਟਨ ਨੇ ਹਰਨ 40 ਪਤਾਵਲ ਦੇਖਿਆ। ਇੱਕ ਸ਼ਰਾਬ ਦਾ ਚੱਕਰ ਹੈ ਕਰਨਲ ਨੇ ਕਿਹਾ। ਅੱਜ ਤੋਂ 200 ਸਾਲ ਪਹਿਲਾਂ ਟਾਊਨਸਿਡ ਪਰਿਵਾਰ ਦਾ ਇੱਕ ਨੌਜਵਾਨ ਸਨੇਡਰਾ ਦੇ ਪਰਿਵਾਰ ਦੀ ਇੱਕ ਕੁੜੀ ਨਾਲ ਪਿਆਰ ਚ ਫਸ ਗਿਆ ਸੀ। ਉਹਨਾਂ ਨੇ ਸਾਰਿਆਂ ਦੇ ਵਿਰੋਧ ਦੇ ਬਾਵਜੂਦ ਵਿਆਹ ਕਰਵਾ ਲਿਆ। ਬਾਤ ਸਥਿਤੀ ਖਰਾਬ ਹੋ ਗਈ ਮੁੰਡੇ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਉਹਨੇ ਮਰਨ ਵੇਲੇ ਸ਼ਰਾਪ ਦਿੱਤਾ ਕਿ ਜੇ ਸਾਡੇ ਪਰਿਵਾਰ ਦੇ ਕਿਸੇ ਨੌਜਵਾਨ ਨੇ ਸਨੇਡਰਾ ਪਰਿਵਾਰ ਦੀ ਕਿਸੇ ਕੁੜੀ ਨਾਲ ਵਿਆਹ ਕਰਾਇਆ ਤਾਂ ਉਹਦਾ ਗ੍ਰਸਥੀ ਜੀਵਨ ਬਰਬਾਦ ਹੋ ਜਾਏਗਾ ਦੇਖੋ ਡੈਡੀ ਮਾਰਟਨ ਨੇ ਹੱਥ ਚੁੱਕ ਕੇ ਕਿਹਾ ਮੈਂ ਜਾਣਦਾ ਕਿ ਕਈ ਸਾਲਾਂ ਤੱਕ ਤੁਸੀਂ ਫੁਰਾਤਵ ਵਿਸ਼ੇਸ਼ਗਰ ਹੋ ਪਰ ਮੈਨੂੰ ਆਸ ਹੈ ਵੀ ਤੁਸੀਂ ਇਸ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਤੇ ਵਿਸ਼ਵਾਸ ਨਹੀਂ ਕਰਦੇ ਹੋਗੇ ਕਿ ਮੈਂ ਠੀਕ ਕਹਿ ਰਿਹਾ ਡੈਡੀ ਜੇ ਤੂੰ ਚਾਹੇ ਤਾਂ ਇਹਨੂੰ ਵਹਿਮ ਵੀ ਕਹਿ ਸਕਦਾ ਹੈ ਪਰ ਅਤੀਤ ਚੱਜਿਆ ਹੋ ਚੁੱਕਾ ਹੈ ਉਹ ਮੁੰਡਾ ਬੇਹੱਦ ਬੇਸਹਾਰਾ ਹਾਲਤ ਵਿੱਚ ਮੌਤ ਦਾ ਸ਼ਿਕਾਰ ਹੋਇਆ ਸੀ ਇਸ ਤੋਂ ਬਿਨਾ ਲਾੜੀ 1 ਮਹੀਨੇ ਦੇ ਅੰਦਰ ਅੰਦਰ ਮਰ ਗਈ ਸੀ ਸ਼ਾਇਦ ਉਹਨੂੰ ਕਿਸੇ ਘੋੜੇ ਨੇ ਕੁਚਲ ਦਿੱਤਾ ਸੀ ਇਸ ਲਈ ਮੈਂ ਇਸ ਮਾਮਲੇ 'ਚ ਆਪਣੀਆਂ ਭਾਵਨਾਵਾਂ ਨੂੰ ਸਪਸ਼ਟ ਰੂਪ 'ਚ ਪ੍ਰਗਟ ਕਰ ਦੇਣਾ ਚਾਹੁੰਨਾ ਕਰਨਲ ਨੇ ਗੰਭੀਰਤਾ ਨਾਲ ਕਿਹਾ ਤੇ ਉਹ ਭਾਵਨਾਵਾਂ ਕੀ ਹੈ ਤਨ ਉਸੇ ਕੁੜੀ ਸਨੇਡਰਾ ਨਾਲ ਮਿਲਣਾ ਜੁਲਾ ਛੱਡ ਦੇਣਾ ਚਾਹੀਦਾ ਹੈ ਜੇ ਤੂੰ ਉਹਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗਾ ਤਾਂ ਸੰਭਵ ਹੈ ਤੇਰੇ ਦਿਮਾਗ 'ਚ ਵਿਆਦਾ ਫਤੂਰ ਵੱਧ ਜਾਏ ਇਹ ਕਿਸੇ ਵੀ ਹਾਲਤ ਵਿੱਚ ਨਹੀਂ ਹੋਣਾ ਚਾਹੀਦਾ ਮੈਂ ਸਖਤੀ ਨਾਲ ਇਸ ਗੱਲ ਦਾ ਵਿਰੋਧ ਕਰਾਂਗਾ ਤੁਹਾਡਾ ਮਤਲਬ ਹੈ ਕਿ ਮੈਂ ਸਨੇਡਰਾ ਨਾਲ ਸਬੰਧ ਬਿਲਕੁਲ ਤੋੜ ਲਵਾਂ ਮੈਂ ਤੇਰੀ ਇੱਛਾ ਤੇ ਛੱਡ ਰਿਹਾ ਕਰਨਲ ਨੇ ਗੰਭੀਰਤਾ ਨਾਲ ਕਿਹਾ ਮੈਂ ਸਿਰਫ ਇਹ ਚਾਹੁੰਦਾ ਕਿ ਇਸ ਕੁੜੀ ਦੇ ਬਾਰੇ ਗੰਭੀਰ ਹੋਣ ਦੀ ਲੋੜ ਨਹੀਂ ਨਹੀਂ ਤਾਂ ਮੈਂ ਬਹੁਤ ਨਰਾਜ਼ ਹੋ ਜਾਵਾਂਗਾ ਇਸ ਬੰਦ ਤੈਨੂੰ ਮੇਰੇ ਵੱਲੋਂ ਕਿਸੇ ਪ੍ਰਕਾਰ ਦੀ ਸਹਾਇਤਾ ਦੀ ਆਸ ਨਹੀਂ ਰੱਖਣੀ ਚਾਹੀਦੀ ਮਾਰਟਨ ਨੇ ਇੱਕ ਲੰਬਾ ਸਾਹ ਲਿਆ ਤੇ ਕਿਹਾ ਬਹੁਤ ਚੰਗਾ ਡੈਡੀ ਹੁਣ ਤੂੰ ਜਾ ਸਕਦਾ ਹੈ ਕਰਨਲ ਨੇ ਕਿਹਾ ਸਾਵਧਾਨ ਰਹੀਂ ਮਾਰਟਨ ਰੂਮ ਤੋਂ ਬਾਹਰ ਨਿਕਲਿਆ ਕੁਝ ਦੇਰ ਤੱਕ ਚੁੱਪਚਾਪ ਖੜਾ ਸੋਚਦਾ ਰਿਹਾ ਉਸ ਵਿੱਚੋਂ ਚਿੰਤਤ ਆਵਾਜ਼ ਅੰਦਾਜ਼ ਵਿੱਚ ਆਪਣੇ ਕਮਰੇ ਵੱਲ ਵੱਧ ਗਿਆ ਕੁਝ ਚਿਰ ਪਿਛੋਂ ਨੇ ਰিসিਵਰ ਚੁੱਕਿਆ ਸਨੇਡਰਾ ਦਾ ਨੰਬਰ ਮਲਾਇਆ ਦੂਜੇ ਪਾਸੇ ਉਸ ਸਨੇਡਰਾ ਦੀ ਮਾਂ ਨੇ ਕਾਲ ਰਿਸੀਵ ਕੀਤੀ ਮਾਰਟਨ ਜਲਦੀ ਬੋਲਿਆ ਕੀ ਸਨੇਡਰਾ ਬਾਹਰ ਗਈ ਹੋਈ ਹੈ ਮਿਸਿਸ ਮਿਕ ਸਟੇਡ ਮੈਨੂੰ ਦੁੱਖ ਹੈ ਕਿ ਤੇਰਾ ਅੰਦਾਜ਼ਾ ਠੀਕ ਹੈ ਮਿਸਿਸ ਮਿਕ ਸਟੇਡ ਨੇ ਬੇहद ਰੁੱਖੇ ਸੁਰਚ ਗਿਆ ਤੇ ਗੱਲਬਾਤ ਦਾ ਸਿਲਸਿਲਾ ਕੱਟ ਦਿੱਤਾ ਮਾਰਟਨ ਚੁੱਪਚਾਪ ਖੜਾ ਫੋਨ ਨੂੰ ਘੁਰਦਾ ਰਿਹਾ ਫਿਰ ਉਹਨੇ ਵੀ ਰਿਸਿਵਰ ਰੱਖ ਦਿੱਤਾ ਕੁਝ ਦੇਰ ਬਾਅਦ ਉਹਨੇ ਆਪਣਾ ਹੈਟ ਚੁੱਕਿਆ ਤੇਜ਼ੀ ਨਾਲ ਪੌੜੀਆਂ ਉਤਰਦਾ ਹੋਇਆ ਹੇਠਾਂ ਆਇਆ ਸਨੇਡਰਾ ਦੇ ਘਰ ਵੱਲ ਤੁਰ ਪਿਆ ਕਿਸ ਮਾਮਲੇ ਨੂੰ ਸਾਫ਼ ਕਰਨਾ ਚਾਹੁੰਦਾ ਸੀ ਉਹ ਹੈਰਾਨ ਸੀ ਕਿ ਇਹਨਾਂ ਵੱਡਿਆਂ ਦੇ ਦਿਮਾਗ 'ਚ ਪਤਾ ਨਹੀਂ ਕਿੱਥੋਂ ਵਹਿਮ ਬਹਿ ਗਿਆ ਹੈ ਤਦ ਇਹ ਸਨੇਡਰਾ ਦੇ ਘਰ ਤੋਂ ਅੱਧ ਵਿਚ ਰੁਕ ਗਿਆ ਸਾਹਮਣੇ ਉਹ ਤੇਜ਼ ਤੇ ਸੁਰ ਦੀ ਇੱਕ ਕੁੜੀ ਆ ਰਹੀ ਸੀ ਤੇ ਉਹ ਕੁੜੀ ਸਨੇਡਰਾ ਹੀ ਸੀ ਉਹ ਨੇੜੇ ਆਈ ਤਾਂ ਸਿੱਧੇ ਉਹਦੀਆਂ ਬਾਹਾਂ 'ਚ ਸਮਾ ਗਈ ਸਨੇਡਰਾ ਨੇ ਉਖੜੇ ਉਖੜੇ ਸਾਹਾਂ 'ਚ ਪੁੱਛਿਆ ਕਿ ਹੁਣੇ ਥੋੜੀ ਜਿher ਪਹਿਲਾਂ ਤੂੰ ਹੀ ਫੋਨ ਤੇ ਮੰਮੀ ਨਾਲ ਗੱਲ ਕਰ ਰਹੀ ਸੀ हां मैं फोन किया थी मेरा भी यही ख्याल थी मम्मी टाल रही थी पर मेरा अंदाजा ਸੀ કે ਦੂਜੇ ਪਾਸੇ ਤੋਂ ਹੀ ਬੋਲ ਰਹੇ ਮੈਂ ਇਸ ਵੇਲੇ ਹੀ ਪਤਾ ਕਰਨ ਤੇਰੇ ਘਰ ਜਾ ਰਹੀ ਸੀ ਸੁਨ ਸਨੇਡੀ ਮਾਟ ਨੇ ਪਿਆਰ ਨਾਲ ਕਿਹਾ ਆਖਰ ਤੇਰੀ ماں ਨੂੰ ਇਹ ਹਰਕਤ ਕਰਨ ਦੀ ਕੀ ਲੋੜ ਸੀ ਆਖਰ ਮੇਰੇ ਕੋਲੋਂ ਕੀ ਗਲਤੀ ਹੋਈ ਹੈ ਘਟੋ ਘਟ ਮੇਰੀ ਜਾਣਕਾਰੀ ਚ ਤਾਂ ਜਈ ਕੋਈ ਗੱਲ ਨਹੀਂ ਹੈ ਸਨੇਡਰਾ ਨੇ ਕਿਹਾ ਮੇਰਾ ਖਿਆਲ ਹੈ ਇਹ ਸਭ ਉਸੇ श्राप ਦਾ سلسلہ ਹੈ ਮੰਮੀ ਨੂੰ ਵੀ ਉਹਦੇ ਬਾਰੇ ਵਿੱਚ ਅਚਾਨਕ ਹੀ ਕਿਤੋਂ ਪਤਾ ਲੱਗਾ ਕਿ ਤੂੰ ਇਸ ਸ਼ਰਾਪ ਬਾਰੇ ਕੁਝ ਜਾਣਦਾ ਹੈ ਹਾਂ ਮੈਨੂੰ ਪਤਾ ਹੈ ਮਾਟੇ ਨੇ ਕਿਹਾ ਬਦਕਿਸਮਤੀ ਨਾਲ ਮੈਂ ਹੁਣੇ-ਹੁਣੇ ਡੈਡੀ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਕੇ ਆਇਆ ਉਹ ਵੀ ਇਸ ਵਹਿਮ ਦੇ ਸ਼ਿਕਾਰ ਹਨ ਉਹ ਪਰਾਤਤਵ ਵਿਸ਼ੇਸ਼ਗਰ ਰਹਿ ਚੁੱਕੇ ਹਨ ਬਿਲਕੁਲ ਇਹੀ ਗੱਲ ਮੇਰੀ ਮੰਮੀ ਵੀ ਕਹਿੰਦੀ ਹੈ ਸਨੇਡਰਾ ਨੇ ਕਿਹਾ ਉਹ ਹਸਪੂਰਨ ਵਿਸ਼ਿਆਂ ਵਿੱਚ ਰੁਚੀ ਰੱਖਦੀ ਹੈ ਜੋਤਿਸ਼ ਵਿੱਦਿਆ ਅਸ਼ੁਭ ਨਛਤਰਾਂ ਆਤੇ ਉਹਨੂੰ ਬਹੁਤ ਵਿਸ਼ਵਾਸ ਹੈ ਮੇਰਾ ਵੀ ਇਹੀ ਖਿਆਲ ਹੈ ਮਾਰਟਨ ਨੇ ਬੇਵਸੀ ਨਾਲ ਕਿਹਾ ਆ ਜਾ ਕਿਤੇ ਬਹਿ ਕੇ ਚਾਹ ਪੀਤੀ ਜਾਏ ਦੋਵੇਂ ਇੱਕ ਕੈਫੇ ਚ ਜਾ ਬੈਠੇ ਚਾਹ ਦੇ ਕਪਾਂ ਚ ਚਮਚਾ ਹਿਲਾਉਂਦੇ ਹੋਏ ਉਹ ਦੋਵੇਂ ਗਹਿਰੀਆਂ ਸੋਚਾਂ ਚ ਡੁੱਬੇ ਹੋਏ ਸਨ ਮੈਨੂੰ ਆਸੇ ਘਟੂ ਘਟ ਤੂੰ ਇਸ ਵਹਿਮ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦੇ ਰਹੀ ਕੁਝ ਦੇਰ ਬਾਅਦ ਮਾਰਟਨ ਨੇ ਸਨੇਡਰਾ ਨੂੰ ਸੰਬੋਧਨ ਕਰਦਿਆਂ ਹੋਇਆਂ ਪੁੱਛਿਆ ਸਨੇਡਰਾ ਨੇ ਛੇਤੀ ਨਾਲ ਨਜ਼ਰ ਚੁੱਕ ਕੇ ਮਾਰਟਨ ਵੱਲ ਦੇਖਿਆ ਮੇਰੇ ਬਾਰੇ ਚ ਖਿਆਲ ਤੇਰੇ ਦਿਮਾਗ ਚ ਕਿਵੇਂ ਆਇਆ ਸਨੇਡਰਾ ਨੇ ਰੁੱਖੇਪਣ ਨਾਲ ਕਿਹਾ ਮੈਂ ਤਾਂ ਇਹਨਾਂ ਗੱਲਾਂ ਨੂੰ ਬਿਲਕੁਲ ਬਕਵਾਸ ਸਮਝਦੀ ਆ ਖੈਰ ਮਾਰਟਨ ਨੇ ਇੱਕ ਲੰਮਾ ਸਾਹ ਲਿਆ ਜਿੱਥੋਂ ਤੱਕ ਮੇਰਾ ਖਿਆਲ ਹੈ ਤੇਰੀ ਮਾਂ ਮੈਨੂੰ ਇੱਕ ਨਟਖਟ ਨੌਜਵਾਨ ਸਮਝਦੀ ਆ ਠੀਕ ਹੈ ਨਾ ਸਨੇਡਰਾ ਨੇ ਉਸ ਵੱਲ ਦੇਖਿਆ ਉਹਦੀਆਂ ਅੱਖਾਂ 'ਚਾ ਸੇਮ ਪਿਆਰ ਦੀਆਂ ਭਾਵਨਾਵਾਂ ਉਸਲਵਟੇ ਲੈ ਰਹੀਆਂ ਸਨ ਨਹੀਂ ਮਾਰਟਨ ਮੈਂ ਇਸ ਬਾਰੇ ਝ ਕਦੀ ਨਹੀਂ ਸੋਚਿਆ ਪਰ ਕੋਈ ਮਹੱਤਵਪੂਰਨ ਫੈਸਲਾ ਕਰਨ ਤੋਂ ਪਹਿਲਾਂ ਤੈਨੂੰ ਚਾਹੀਦਾ ਹੈ ਕੋਈ ਕਾਰਨਾਮਾ ਦਿਖਾ ਕੇ ਇਹ ਯਕੀਨ ਦਿਵਾ ਕਿ ਤੂੰ ਕੋਈ ਨਕਾਰਾ ਮੁੰਡਾ ਨਹੀਂ ਹੈ। ਓ ਤਾਂ ਤੂੰ ਮੇਰੇ ਬਾਰੇ ਚ ਗਲਤ ਫਹਿਮੀ ਦਾ ਸ਼ਿਕਾਰ ਨਹੀਂ ਹੋਈ। ਮਾਟੇ ਨੇ ਸੁਖ ਦਾ ਸਾ ਲਿਆ। ਸਾਡੇ ਘਰ ਤਾਂ ਮੇਰੇ ਨਾਲ ਡੈਡੀ ਇਸ ਤਰ੍ਹਾਂ ਵਿਹਾਰ ਕਰਦੇ ਆ ਜਿਵੇਂ ਮੈਂ ਉਹਨਾਂ ਦਾ ਪੁੱਤਰ ਨਹੀਂ ਸਗੋਂ ਉਹਨਾਂ ਦਾ ਕੋਈ ਜੂਨੀਅਰ ਅਫਸਰ ਆ। ਉਹ ਸਦਾ ਹੁਕਮ ਦੇਣ ਦੇ ਆਦੀ ਰਹੀ ਹੈ। ਫਿਰ ਆਪਣਾ ਦਿਮਾਗ ਕੰਮ ਨਹੀਂ ਕਰਦਾ ਸਨੇਡਰਾ ਨੇ ਭੈੜਾ ਜਿਹਾ ਮੂੰਹ ਬਣਾਇਆ। ਮਾਟੇ ਨੇ ਸਿੱਧਾ ਸਨੇਡਰਾ ਦੀ ਅੱਖਾਂ 'ਚ ਝਾਕਿਆ ਤੇ ਕੁਝ ਦੇਰ ਤੱਕ ਉਹਦੀ ਨਜ਼ਰ ਉੱਥੇ ਜੰਮੀ ਰਹੀ। ਤੂੰ ਠੀਕ ਕਹਿਨੀ ਹੈ। ਮੇਰਾ ਆਪਣਾ ਦਿਮਾਗ ਮੌਜੂਦ ਹੈ ਤੇ ਮੈਂ ਸਦਾ ਹੀ ਉਹਦੀ ਵਰਤੋਂ ਕਰਨ ਦਾ ਆਦੀ ਰਿਹਾ। ਮੈਂ ਸੋਚ ਰਿਆਂ ਸਨੇਡੀ। ਸਨੇਡਰਾ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ, ਉਹਦੀਆਂ ਅੱਖਾਂ ਆਮ ਨਾਲੋਂ ਜ਼ਿਆਦਾ ਫੈਲੀਆਂ ਸੀ। ਇਹ ਇਸ ਗੱਲ ਤੇ ਨਿਰਭਰ ਹੈ, ਮਾਰਟਨ ਕਿ ਕੀ ਤੂੰ ਸੱਚਮੁੱਚ ਵਿਆਹ ਕਰਨਾ ਚਾਹੁੰਦਾ ਹੈ? ਕਿਤੇ ਅਜਿਹਾ ਤਾਂ ਨਹੀਂ ਕਿ ਕਰਨਲ ਮੇਰੀ ਮੰਮੀ ਦੀ ਗੱਲ ਨੂੰ ਗਲਤ ਸਿੱਧ ਕਰ ਲਈ ਵਿਆਹ ਦਾ ਪੱਕਾ ਇਰਾਦਾ ਕਰ ਬੈਠੇ ਹੋਣ। ਸਨੇਡਰਾ ਬੋਲੀ, "ਹਾਲ ਦੀ ਖੜੀ ਤੂੰ ਇਹਨਾਂ ਦੋਵਾਂ ਹੀ ਗੱਲਾਂ ਨੂੰ ਧਿਆਨ ਨਾਲ ਰੱਖ ਸਕਦੀ ਹੈਂ।" ਮਾਰਟਨ ਨੇ ਮੁਸਕਰਾ ਕੇ ਕਿਹਾ ਮੇਰੀ ਮੁਲਾਕਾਤ ਬਹੁਤ ਸਾਰੀਆਂ ਕੁੜੀਆਂ ਨਾਲ ਰਹੀ ਹੈ ਪਰ ਉਹਨਾਂ ਦੀ ਸਥਿਤੀ ਮੇਰੀ ਦ੍ਰਿਸ਼ਟੀ 'ਚ ਨਾ ਮਹੱਤਵ ਨਹੀਂ ਰੱਖਦੀ ਖੈਰ ਮੈਂ ਤੇਰੇ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਸਨੇਡੀ ਇਹ ਕਹਿ ਕੇ ਮਾਰਟਨ ਕੁਝ ਦੇਰ ਚੁੱਪਚਾਪ ਸੋਚਦਾ ਰਿਹਾ ਫਿਰ ਉਹਨੇ ਕਿਹਾ ਤੂੰ ਸ਼ਾਇਦ ਇਸ ਗੱਲ ਦਾ ਯਕੀਨ ਨਾ ਕਰੇ ਪਰ ਇਹ ਸੱਚ ਹੈ ਤੇਰੇ ਨਾਲ ਵਿਆਹ ਦੀ ਬੇਨਤੀ ਕਰਨ ਦਾ ਵਿਚਾਰ ਪਹਿਲਾਂ ਵੀ ਕਈ ਵਾਰ ਮੇਰੇ ਦਿਮਾਗ 'ਚ ਆ ਚੁੱਕਾ ਹੈ ਮੈਂ ਆਪਣੇ ਇਸ ਵਿਚਾਰ ਨੂੰ ਪ੍ਰਗਟਨੇ ਕੀਤਾ ਕਿਉਂਕਿ ਮੈਂ ਫਿਲਹਾਲ ਸੁਤੰਤਰ ਜੀਵਨ ਬਤੀਤ ਕਰਨਾ ਚਾਹੁੰਦਾ ਖੈਰ ਮੈਨੂੰ ਆਸ ਹੈ ਕਿ ਤੂੰ ਮੇਰੇ ਦਿਮਾਗ ਦੇ ਵਿਚਾਰ ਜ਼ਿਆਦਾ ਧ੍ਰਿੜ ਕਰ ਸਕਦੀ ਹੈ ਤੇ ਜੇ ਤੂੰ ਮੇਰੇ ਕੋਲੋਂ ਪੁੱਛੇ ਤਾਂ ਮੈਂ ਤੇਰੇ ਕੋਲੋਂ ਇਹ ਆਸ ਕਰ ਰਹੀ ਹਾਂ ਕਿ ਤੂੰ ਮੇਰੇ ਇਰਾਦੇ ਨੂੰ ਧ੍ਰਿੜ ਬਣਾਉਣ 'ਚ ਮੇਰੀ ਮਦਦ ਕਰੇਗਾ ਮਾਰਟਨ ਦੇ ਜਾਂਦਿਆਂ ਕਰਨਲ ਸਿਦਾ ਸਨੇਡਰਾ ਦੇ ਘਰ ਪਹੁੰਚਿਆ ਉਹਦੀ ਮਾਂ ਨੇ ਕਰਨਲ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਉਹ ਦੋਵੇਂ ਬੈਠਕ 'ਤੇ ਜਾ ਬੈਠੇ ਮੈਂ ਅਜ ਮੁੰਡੇ ਨੂੰ ਨਹਿਰ ਉਤਸ਼ਾਹਤ ਕੀਤਾ ਕਰਨਲ ਨੇ ਠਾਹ ਹੱਕਾ ਮਾਰ ਕੇ ਕਿਹਾ ਮੈਨੂੰ ਯਕੀਨ ਹੈ ਉਹ ਹੁਣ ਤੇਰੇ ਘਰ ਵੱਲ ਨਹੀਂ ਆਏਗਾ ਪਰੰਤੂ ਕਰਨਲ ਮਿਸਿਸ ਮੇਕ ਸਟੇਡ ਨੇ ਗੰਭੀਰਤਾ ਨਾਲ ਕਿਹਾ ਅਸੀਂ ਪਰਿਵਾਰਕ ਪਰੰਪਰਾਵਾਂ ਦੇ ਵਿਰੁੱਧ ਇੱਕ ਦੂਜੇ ਨੂੰ ਚਾਹੁੰਦੇ ਹਾਂ ਤੇ ਇਸ ਵਹਿਮ ਨੂੰ ਗਲਤ ਸਿੱਧ ਕਰਨਾ ਚਾਹੁੰਦੇ ਹਾਂ ਜੋ ਇੱਕ ਅਰਸੇ ਤੋਂ ਦੋਵਾਂ ਪਰਿਵਾਰਾਂ 'ਚ ਦੀਵਾਰ ਬਣਿਆ ਹੋਇਆ ਹੈ ਮੇਰਾ ਵਿਚਾਰ ਹੈ ਸਾਨੂੰ ਹੁਣ ਵਿਆਹ ਕਰਨ 'ਚ ਦੇਰ ਨਹੀਂ ਕਰਨੀ ਚਾਹੀਦੀ ਤੇਰਾ ਖਿਆਲ ਠੀਕ ਹੈ ਮੈਂ ਕੱਲ ਇੱਕ ਦਾਵਤ ਵਿੱਚ ਵਿਆਹ ਦਾ ਐਲਾਨ ਕਰ ਦਿਆਂਗਾ ਕਰਨਲ ਨੇ ਕਿਹਾ ਤੇ ਜੇਤੂ ਅੰਦਾਜ਼ ਚ ਖੱਬੀ ਮੁੱਛ ਨੂੰ ਵੱਟ ਦੇਣ ਲੱਗਾ। ਉਹਨੇ ਪਿਆਰ ਨਾਲ ਮੈਸੇਜ ਮਿਕਸ ਸਟੇਟ ਦਾ ਖਤ ਫੜ ਲਿਆ। ਮਿਸਿਸ ਮਿਕਸ ਸਟੇਟ ਜਿਦੇ ਪਤੀ ਦੀ 6 ਸਾਲ ਪਹਿਲਾਂ ਮੌਤ ਹੋ ਗਈ ਸੀ। ਉਹਦੀ ਅੰਬਾਂ ਹਟ ਡਿੱਗ ਪਈ। ਧੰਨਵਾਦ।